ਸਾਈਨ ਵੈਸਟ ਸਾਹਿਬ ਜੀ ਥਾਣੇ ਆਏ, ਉਹਨਾਂ ਦੀ ਮਜ਼ਬੂਰੀ ਵੀ ਸਾਨੂੰ ਮਿਲੀ, ਉਹਨਾਂ ਨੂੰ ਨਾਂ ਲੈ ਕੇ ਅਸੀਂ ਨਿਸ਼ਾਨ ਸਿੰਘ ਪੁੱਤਰ ਸਰਨ ਸਿੰਘ ਵਾਸੀ ਦਿਆਪੁਰ ਦੇ ਘਰ ਰੇਡ ਕੀਤਾ, ਜਿਸ ਤੋਂ 400 ਲੀਟਰ ਲਾਣ ਅਤੇ 20 ਲੀਟਰ ਸ਼ਰਾਬ ਮਿਲੀ। ਉਸ ਤੋਂ ਅੱਗੇ ਰੇਡ ਕੀਤਾ ਨਿਰਭੈ ਸਿੰਘ ਦੇ, ਨਿਰਭੈ ਸਿੰਘ ਪੁੱਤਰ ਅਵਤਾਰ ਸਿੰਘ, ਉਸਦਾ ਨੂੰ ਰਣਜੀਤ ਸਿੰਘ ਪੁੱਤਰ ਬਗੀਚਾ ਸਿੰਘ ਪਿੰਡ ਦਿਆਪੁਰਾ। ਉਸ ਤੋਂ ਲਾਣ ਬਰਾਮਦ ਹੋਈ ਹੈ ਜੀ, 400 ਲੀਟਰ ਲਾਣ, 250 ਲੀਟਰ ਸ਼ਰਾਬ। ਅਤੇ ਕਿੰਨੇ ਬੰਦੇ ਦੇ ਕਬਜ਼ ਕੀਤੇ ਗਏ? ਕਿਹੜੇ ਦੋ ਬੰਦੇ ਅਰੈਸਟ ਆ ਜੀ? ਰਣਜੀਤ ਸਿੰਘ ਸਾਨੂੰ ਬਗੀਚਾ ਸਿੰਘ, ਨਿਸ਼ਾਨ ਸਿੰਘ ਪੁੱਤਰ ਸਰਨ ਸਿੰਘ। ਅਤੇ ਮਾਮਲਾ ਦਰਜ ਕਰ ਲਿਆ? ਕਰ ਲਿਆ ਜੀ। ਅਤੇ ਇਹ ਪਤਾ ਲੱਗਾ ਕਿ ਜਿਹੜਾ ਨਿਰਭੈ ਸਿੰਘ ਆ ਉਹ ਸੱਤਾਧਰ ਪਾਰਟੀ ਦਾ ਕੋਈ ਆਗੂ ਵੀ ਆ, ਅਤੇ ਉਹਨੂੰ ਕਬਜ਼ ਕਿਉਂ ਨਹੀਂ ਕੀਤਾ ਗਿਆ? ਸਰ ਮੌਕੇ ਤੋਂ ਦੌੜ ਗਿਆ। ਦੌੜ ਗਿਆ ਅਤੇ ਉਹਦਾ ਹੈ ਕੋਈ ਸੱਤਾਧਰ ਪਾਰਟੀ ਨਾਲ ਰਿਸ਼ਤਾ, ਕੋਈ ਆਗੂ ਹੈ ਪਿੰਡ ਦਾ ਕੋਈ? ਨਹੀਂ। Subscribe to our YouTube channel News DNN by clicking the bell icon. Don't forget to like, comment and share.